ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੋ, ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜਾ ਕਿਸਾਨੀ ਅੰਦੋਲਨ 8ਵੇਂ ਮਹੀਨੇ 'ਚ ਚੱਲ ਰਿਹਾ, ਇਸ ਵਕਤ ਦਿੱਲੀ ਦੇ ਵੱਖ ਵੱਖ ਬਾਰਡਰਾਂ 'ਤੇ ਕਿਸਾਨ ਜਿਹੜੇ ਆ ਉਹ ਡਟੇ ਹੋਏ ਆ। ਭਾਵੇਂ ਕਿ ਸਰਦੀ ਦੇ ਦਿਨ ਵੀ ਲੰਘ ਹੈ, ਗਰਮੀ ਆਈ ਅਤੇ ਗਰਮੀ ਵੀ ਲਗਭਗ ਜਿਹੜੀ ਆ ਉਹ ਅੱਧਿਓਂ ਜ਼ਿਆਦਾ ਲੰਘ ਚੁੱਕੀ ਆ। ਹੁਣ ਮੀਂਹ ਦੇ ਦਿਨ ਚੱਲ ਰਹੇ ਆ, 2-3 ਦਿਨ ਲਗਾਤਾਰ ਬਹੁਤ ਭਾਰੀ ਮੀਂਹ ਜਿਹੜਾ ਵਾ ਉਹ ਇੱਥੇ ਕੁੰਡਲੀ ਸਿੰਘੂ ਬਾਰਡਰ ਟਿੱਕਰੀ ਬਾਰਡਰ 'ਤੇ ਪਿਆ ਹੋਇਆ, ਅਤੇ ਉਸ ਮੀਂਹ ਦੇ ਕਾਰਨ ਤੁਹਾਨੂੰ ਅਸੀਂ ਨਾਲ ਲਾਈਵ ਵਿਖਾ ਚੁੱਕੇ ਸੀ ਕਿ ਪਾਣੀ ਜ਼ਿਆਦਾ ਆਉਣ ਕਰਕੇ ਕਾਫੀ ਮੁਸ਼ਕਿਲ ਆਈ ਸਾਡੇ ਕਿਸਾਨ ਭਰਾਵਾਂ ਨੂੰ। ਅਤੇ ਪਰ ਫਿਰ ਵੀ ਉਹਨਾਂ ਨੇ ਆਪਣੇ ਜਿੰਨੇ ਕੁ ਉਹਨਾਂ ਕੋਲ ਪ੍ਰਬੰਧ ਹੋ ਸਕੇ ਉਹਨਾਂ ਨੇ ਪ੍ਰਬੰਧ ਕੀਤੇ ਹੋਏ ਆ। ਇੱਥੇ ਜਿਹੜਾ ਆਪਣਾ ਸਟਾਲ ਗੁਰਮਤਗੀਆਂ ਮਿਸ਼ਰੀ ਕਾਲ ਦਾ ਲੱਗਾ ਟੈਂਟ, ਉਹਦੇ ਵਿੱਚ ਸਾਡੇ ਕੋਲ ਮੈਡੀਸਨ ਜੋ ਵੀ ਸਮਾਨ ਪਿਆ ਸੀ, ਪਾਣੀ ਜ਼ਿਆਦਾ ਆਉਣ ਕਰਕੇ ਕੁਝ ਸਮਾਨ ਸਾਡੇ ਕੋਲ ਗਿੱਲਾ ਹੋ ਗਿਆ, ਜਿੰਨਾ ਕੁ ਸਾਡੇ ਕੋਲ ਬਚਿਆ ਸੀ। ਪਿੱਛੇ ਆ ਨਾਲ ਹੀ ਸਾਡੇ ਇੱਥੇ ਕਮਰਾ ਵਾ, ਉਹਦੇ ਵਿੱਚ ਅਸੀਂ ਜਿਹੜਾ ਉਹ ਸਮਾਨ ਜਿਹੜਾ ਸ਼ਿਫਟ ਕਰ ਦਿੱਤਾ, ਅਤੇ ਨਾਲ ਨਾਲ ਰੈਕ ਤਿਆਰ ਕਰ ਰਹੇ ਆ ਜਿਹੜੇ ਵੀਰ ਤੁਸੀਂ ਵੇਖ ਰਹੇ ਹੋ, ਕਿ ਉਹ ਜਿਹੜਾ ਸਮਾਨ ਕਮ ਸੇ ਕਮ ਉਹਨਾਂ ਰੈਕਾਂ ਵਿੱਚ ਰੱਖ ਦਿੱਤਾ ਜਾਵੇ। ਅਤੇ ਪਹਿਲਾਂ ਅਸੀਂ 2.5-2.5 ਫੁੱਟ ਦੀ ਕੰਧ ਕੀਤੀ ਕਿ ਬਾਹਰੋਂ ਪਾਣੀ ਟੈਂਟ ਦੇ ਅੰਦਰ ਪ੍ਰਵੇਸ਼ ਨਾ ਕਰ ਸਕੇ। ਫਿਰ ਹੌਲੀ ਹੌਲੀ ਸਟੈਪ ਬਾਈ ਸਟੈਪ ਜਿਉਂ ਜਿਉਂ ਵਿਚਾਰ ਬਦਲਦੇ ਗਏ, ਅਤੇ ਅਸੀਂ ਹੌਲੀ ਹੌਲੀ ਕੀ ਕੀਤਾ ਕਿ ਉਹ ਥੱਲੇ ਵੀ, ਕਿਉਂਕਿ ਜਦੋਂ ਪਾਣੀ ਪਾਸਿਓਂ ਟੈਂਟ ਦੇ ਆਉਂਦਾ ਸੀ ਤਾਂ ਪਾਣੀ ਅੰਦਰ ਭਰ ਜਾਂਦਾ ਸੀ, ਤਾਂ ਹੁਣ ਅਸੀਂ ਅੰਦਰ ਵੀ 16-17 ਇੱਟ ਅੰਦਰ ਲੱਗੀ ਆ, ਉਹ ਇੱਟ ਸਾਰੇ ਅੰਦਰ ਲਵਾ ਦਿੱਤੀ, ਪੱਕਾ ਕਰ ਦਿੱਤਾ, ਅਤੇ ਅਜੇ ਆ ਕੰਮ ਚੱਲ ਰਿਹਾ। ਤੁਸੀਂ ਦੇਖੋ ਸਾਰੇ ਇਹ ਸਾਡੇ ਵੀਰ ਗੁਰਮਤਗੀਆਂ ਮਿਸ਼ਰੀ ਕਾਲ ਦੇ ਨੌਜਵਾਨ ਵੀਰ, ਅਤੇ ਆਪ ਹੀ ਸਾਰਾ, ਕੋਈ ਬਾਹਰੋਂ ਅਸੀਂ ਮਿਸਤਰੀ ਲਾਇਆ, ਆਪ ਹੀ ਆਪਣੇ ਹੱਥੀਂ ਕੰਮ ਕਰ ਰਹੇ ਆ। ਰਾਤ ਵੀ ਲਗਭਗ ਮੇਰੇ ਖਿਆਲ 'ਚ 1 ਵਜੇ ਤੱਕ ਇਹ ਵੀਰ ਸਾਡੇ ਸਾਰੇ ਰਲ ਕੇ ਬਿਲਡਿੰਗ ਦਾ ਕੰਮ ਕਰਦੇ ਰਹੇ, ਅਤੇ ਹੁਣ ਸਵੇਰ ਤੋਂ ਕੱਲ੍ਹ ਅਤੇ ਪਰਸੋਂ 2 ਦਿਨ ਬਹੁਤ ਭਾਰੀ ਬਾਰਿਸ਼ ਸੀ, ਉਸ ਕਰਕੇ ਕੰਮ ਕਰਨ ਵਿੱਚ ਥੋੜ੍ਹੀ ਜਿਹੀ ਮੁਸ਼ਕਿਲ ਆਈ, ਅਤੇ ਲਗਭਗ ਸਾਡਾ ਅੱਜ ਜਿਹੜਾ ਸ਼ਾਮ ਤੱਕ ਜਾਂ ਕੱਲ੍ਹ ਤੱਕ ਸਾਡਾ ਕੰਮ ਜਿਹੜਾ ਉਹ ਕੰਪਲੀਟ ਹੋ ਜਾਏਗਾ। ਅਤੇ ਦੂਜੇ ਬੰਨੇ ਤੁਸੀਂ ਵੇਖ ਰਹੇ ਹੋ ਕਿ ਇੱਧਰ ਸਾਡੇ ਵੀਰ ਡਾਕਟਰ ਸੁਲੈਮਾਨ ਸਿੰਘ ਅਤੇ ਮੋਹਾਲੀ ਤੋਂ ਡਾਕਟਰ ਵੀਰਾਂ ਦੀ ਟੀਮ ਆਈ ਹੋਈ ਆ, ਅਤੇ ਵੈਕਸੀਨ ਵੀ ਜਿਹੜੀ ਆ ਉਹ ਲੱਗ ਰਹੀ ਆ ਸਾਡੇ ਸਾਹਮਣੇ, ਕਿਉਂਕਿ ਕਿਸਾਨ ਭਰਾਵਾਂ ਨੂੰ ਇਹਦੀ ਵੀ ਬੜੀ ਜ਼ਰੂਰਤ ਆ, ਕਿਉਂਕਿ ਆਪਾਂ ਵੇਖ ਰਹੇ ਹਾਂ। ਅਤੇ ਦੂਜੀ ਜਿਹੜੀ ਗੱਲ ਤੁਹਾਨੂੰ ਨਾਲ ਨਾਲ ਅਸੀਂ ਦਿਖਾ ਰਹੇ ਹਾਂ ਕਿ ਇਹ ਆਪਾਂ ਨੂੰ ਆਪਣੇ ਮਨਾਂ 'ਚੋਂ ਵਹਿਮ ਕੱਢਣ ਦੀ ਲੋੜ ਵਾ ਕਿ ਕਿਸਾਨੀ ਅੰਦੋਲਨ ਜਿਹੜਾ ਵਾ ਉਹ ਢਹਿੰਦੀ ਕਲਾ ਵਿੱਚ ਜਾ ਰਿਹਾ ਵਾ। ਨਹੀਂ, ਕਿਸਾਨੀ ਅੰਦੋਲਨ ਬਿਲਕੁਲ ਚੜ੍ਹਦੀ ਕਲਾ ਵਿੱਚ ਜਾ ਰਿਹਾ ਵਾ, ਹੌਸਲੇ ਬੁਲਾਉਂਦਾ ਸਾਡੇ ਸਾਰੇ ਵੀਰਾਂ ਦੇ। ਅਤੇ ਇੱਥੇ ਜਿਹੜਾ ਇੱਕ ਅਫਵਾਹ ਫੈਲਾਈ ਜਾ ਰਹੀ ਸੀ ਵੀ ਜਿਵੇਂ ਨੌਜਵਾਨਾਂ ਦੀ ਗਿਣਤੀ ਘੱਟ ਗਈ ਆ, ਨੌਜਵਾਨ ਵੀਰ ਪੂਰੇ ਚੜ੍ਹਦੀ ਕਲਾ ਵਿੱਚ ਇੱਥੇ ਹੁੰਗਾਰਾ ਦੇ ਰਹੇ ਆ, ਕਿਉਂਕਿ ਸਾਰੇ ਸਾਡੇ ਨੌਜਵਾਨ ਭਰਾ ਜਿੰਨੇ ਵੀ ਹੈਗੇ ਆ ਉਹ ਆਪਾਂ ਵੇਖ ਰਹੇ ਹਾਂ ਕਿ ਇੱਥੇ ਜਿਹੜੇ ਮੋਢੇ ਨਾਲ ਮੋਢਾ ਜੋੜ ਕੇ ਸੇਵਾਵਾਂ ਅਰਪਣ ਕਰ ਰਹੇ ਆ। ਪਹਿਲਾਂ ਆਪਾਂ ਵੇਖਦੇ ਸੀ ਕਿ ਉਹ ਜਦੋਂ ਪਹਿਲਾਂ ਦਿਨ ਲੰਘ ਗਏ ਸਰਦੀ ਦੇ, ਫਿਰ ਗਰਮੀ ਆ ਗਈ, ਅਤੇ ਹੁਣ ਨੌਜਵਾਨ ਭਰਾ ਸਾਡੇ ਜਿਹੜੇ ਆ ਆਪਣੇ ਆਪਣੇ ਮੋਰਚਿਆਂ ਵਿੱਚ ਡਟੇ ਹੋਏ ਆ, ਸੇਵਾਵਾਂ ਜਿਹੜੀਆਂ ਅਰਪਣ ਕਰ ਰਹੇ ਆ। ਅਤੇ ਤੁਹਾਨੂੰ ਵਿਖਾ ਰਹੇ ਹਾਂ ਕਿ ਨਾਲ ਰਣਸੀ ਵਾਲੇ ਵੀਰ ਜਿਹੜੇ ਆ ਉਹਨਾਂ ਨੇ ਜਿੱਥੇ ਆਪਣੇ ਡਾਕਟਰ ਵੀਰਾਂ ਦੀ ਟੀਮ ਇੱਥੇ ਪਹੁੰਚੀ ਹੋਈ ਆ, ਅਤੇ ਵੈਕਸੀਨ ਜਿਹੜੀ ਆ ਸਵੇਰ ਤੋਂ ਲੱਗਣੀ ਸ਼ੁਰੂ ਹੋਈ ਆ, ਅਤੇ ਉਹ ਸਾਰੇ ਵੀਰ ਸਾਡੇ ਰਲ ਮਿਲ ਕੇ ਸੇਵਾਵਾਂ ਜਿਹੜੀਆਂ ਵਾ ਉਹ ਦੇ ਰਹੇ ਆ। ਅਤੇ ਧੰਨਵਾਦ ਰਣਸੀ ਵਾਲੇ ਸਾਰੇ ਜਿੰਨੇ ਵੀ ਸਾਡੇ ਸਰੀਆਂ ਵਾਲੇ ਵੀਰ ਆ ਉਹਨਾਂ ਦਾ ਧੰਨਵਾਦ ਕਿ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ, ਸਵੇਰ ਤੋਂ ਹੀ ਚਾਹ ਪਾਣੀ ਦਾ ਲੰਗਰ ਵੀ ਉਹਨਾਂ ਨੇ ਤਿਆਰ ਕੀਤਾ ਹੋਇਆ ਵਾ। ਅਤੇ ਬਾਕੀ ਡਾਕਟਰ ਸੁਲੈਮਾਨ ਸਿੰਘ ਉਹਨਾਂ ਦੀ ਸਾਰੀ ਟੀਮ ਜਿਹੜੀ ਆ ਉਹ ਇੱਥੇ ਪਹੁੰਚੀ ਆ, ਹੁਣ ਉਹ ਸਟੇਜ 'ਤੇ ਗਏ ਆ ਸਟੇਜ ਤੋਂ ਅਨਾਊਂਸ ਕਰਾਉਣ ਵਾਸਤੇ, ਅਤੇ ਉਹ ਸਾਰਾ ਕੁਝ ਦੱਸ ਦੇਣਗੇ ਕਿ ਇਹ ਲਗਭਗ ਸ਼ਾਮ ਤੱਕ ਜਿਹੜੀ ਹੈ ਵੈਕਸੀਨ ਜਿਹੜੀ ਲੱਗੇਗੀ, ਅਤੇ ਸਾਰਾ ਕੁਝ ਤੁਹਾਨੂੰ ਸਮੇਂ ਸਮੇਂ 'ਤੇ ਅਸੀਂ ਸਾਰੀ ਰਿਪੋਰਟ ਦਿੰਦੇ ਰਹਾਂਗੇ। ਅਤੇ ਤੁਸੀਂ ਵੇਖ ਰਹੇ ਹੋ ਕਿ ਸਾਰੇ ਵੀਰ ਸਾਡੇ ਸਰਦੀ ਕਲਾ ਦੇ ਵਿੱਚ ਇਹ ਸੇਵਾਵਾਂ ਜਿਹੜੀਆਂ ਵਾ ਅਰਪਣ ਕਰ ਰਹੇ ਆ, ਅਤੇ ਗੁਰੂ ਬਖਸ਼ਿਸ਼ ਕਰੇ ਆਪਾਂ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਵਾ ਉਹ ਸਾਥ ਦੇਣ ਦਾ ਆਪਾਂ ਯਤਨ ਕਰਨਾ ਵਾ। ਸਾਰੇ ਵੀਰਾਂ ਦਾ ਤੁਹਾਡਾ ਧੰਨਵਾਦ ਕਿ ਤੁਸੀਂ ਰਲ ਮਿਲ ਕੇ ਜਿਹੜਾ ਵਾ ਉਹ ਸਾਥ ਦੇ ਰਹੇ ਹੋ, ਅਤੇ ਗੁਰੂ ਬਖਸ਼ਿਸ਼ ਕਰੇ ਕਿ ਇੱਦਾਂ ਹੀ ਆਪਾਂ ਸਾਰੇ ਜਣਿਆਂ ਰਲ ਕੇ ਇਹ ਸੇਵਾਵਾਂ ਜਿਹੜੀਆਂ ਆਪਣੀਆਂ ਜਿਹੜੀਆਂ ਵਾ ਉਹ ਦਿੰਦੇ ਰਹਿਣਾ ਵਾ, ਅਤੇ ਤਾਂ ਕਿ ਜਿਹੜਾ ਕਿਸਾਨੀ ਅੰਦੋਲਨ ਚੜ੍ਹਦੀ ਕਲਾ ਵਿੱਚ ਜਾ ਸਕੇ। ਤੁਸੀਂ ਵੇਖ ਰਹੇ ਹੋ ਕਿ ਨਾਲ ਨਾਲ ਮੌਸਮ ਦੇ ਵਿੱਚ ਭਾਵੇਂ ਇਹ ਜਿਹੜੀ ਆ ਕਾਫੀ ਤਬਦੀਲੀ, ਕਦੀ ਤਾਂ ਗਰਮੀ ਹੋ ਜਾਂਦੀ ਇੱਕਦਮ, ਕਦੀ ਇੱਕਦਮ ਇਹ ਮੀਂਹ ਵਾਲਾ ਮੌਸਮ ਬਣ ਜਾਂਦਾ, ਪਰ ਫਿਰ ਵੀ ਸਾਡੇ ਜਿੰਨੇ ਵੀ ਕਿਸਾਨ ਭਰਾਵਾ ਉਹ ਚੜ੍ਹਦੀ ਕਲਾ ਵਿੱਚ ਜਿਹੜਾ ਵਾ ਉਹ ਆਪਣਾ ਪੁਖਤਾ ਪ੍ਰਬੰਧ ਕਰਕੇ ਜਿਹੜੇ ਆ ਕਿਸਾਨੀ ਅੰਦੋਲਨ ਦੇ ਵਿੱਚ ਡਟੇ ਹੋਏ ਆ। ਅਤੇ ਆਓ ਜਿਹੜੇ ਵੀ ਅਜੇ ਘਰਾਂ ਵਿੱਚ ਬੈਠੇ ਆ, ਸਮਾਂ ਕੱਢੋ ਅਤੇ ਸਮਾਂ ਕੱਢ ਕੇ ਅਤੇ ਇਸ ਅੰਦੋਲਨ ਦੇ ਵਿੱਚ ਜਿਹੜਾ ਵਾ ਉਹ ਆਪਣਾ ਯੋਗਦਾਨ ਪਾਓ। ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।